ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ, ਬਹੁਤ ਬਹੁਤ ਧੰਨਵਾਦ। ਸੋ ਡੱਲਾ ਜੀ, ਕੱਲ ਕਾਂਗਰਸ ਪਾਰਟੀ ਦੀ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਹੋਈ ਔਰ ਉਸ ਮੀਟਿੰਗ ਤੋਂ ਬਾਅਦ ਲਗਾਤਾਰ ਜੋ ਹੈ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਕਾਂਗਰਸ ਪਾਰਟੀ ਹੁਣ ਜੋ ਹੈ ਆਪਣੇ ਉਮੀਦਵਾਰਾਂ ਦੀ ਅਗਲੀ ਲਿਸਟ, ਅਗਲੀ ਸੂਚੀ ਜੋ ਹੈ ਜਾਰੀ ਕਰ ਦੇਵੇ। ਕੀ ਅਪਡੇਟ ਹੈ ਤੁਹਾਡੇ ਕੋਲ? ਸਾਰੇ ਨਾਂ ਫਾਈਨਲ ਕਰ ਲਏ ਗਏ ਹਨ ਜਾਂ ਫਿਰ ਕਾਂਗਰਸ ਜਿਹੜੀ ਹੈ ਬਗਾਵਤ ਦੇ ਡਰ ਤੋਂ ਆਪਣੀ ਅਗਲੀ ਸੂਚੀ ਹਲੇ ਜਾਰੀ ਹੀ ਨਹੀਂ ਕਰ ਰਹੀ ਹੈ? ਸਾਰੇ ਹੁਣ ਸਮੀਕਰਨ ਕੀ ਕਹਿ ਰਹੇ ਨੇ, ਕਿਉਂਕਿ ਚਰਚਾਵਾਂ ਕੁਛ ਇਸ ਤਰ੍ਹਾਂ ਦੀਆਂ ਵੀ ਨੇ ਕਿ ਅੱਜ ਇੱਕ ਹੋਰ ਕਾਂਗਰਸੀ ਲੀਡਰ ਜੋ ਹੈ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਸਕਦਾ ਹੈ। ਇਸ ਦੇ ਉੱਪਰ ਵੀ ਜ਼ਰੂਰ ਜੋ ਹੈ ਆਪਣੀ ਟਿੱਪਣੀ ਤੁਸੀਂ ਸਾਂਝੀ ਕਰਨਾ। ਇਸ ਦੇ ਨਾਲ ਨਾਲ ਜੇ ਆਪਾਂ ਬਾਕੀ ਪਾਰਟੀਆਂ ਦੀ ਗੱਲ ਕਰ ਲਈਏ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ, ਇਹਨਾਂ ਦੀ ਵੀ ਜਿਹੜੀ ਸੂਚੀ ਦੀ ਆਪਾਂ ਗੱਲ ਕਰੀਏ ਅਗਲੀ ਲਿਸਟ ਉਮੀਦਵਾਰਾਂ ਦੀ, ਉਸਨੂੰ ਲੈ ਕੇ ਵੀ ਕੋਈ ਅਪਡੇਟ ਅਗਰ ਹੋਵੇ ਤਾਂ ਜ਼ਰੂਰ ਜਾਣਕਾਰੀ ਸਾਂਝੀ ਕਰਿਓ। ਹਰਜੋਤ ਜੀ, ਬਹੁਤ ਅਹਿਮ ਸਵਾਲ ਹੈ ਤੁਹਾਡਾ, ਹਾਲਾਂਕਿ ਦੋ ਤਿੰਨ ਸਵਾਲ ਤੁਸੀਂ ਇਕੱਠੇ ਕੀਤੇ ਨੇ। ਇੱਕ ਇੱਕ ਕਰਕੇ ਮੈਂ ਇਹਨਾਂ ਸਾਰਿਆਂ ਦਾ ਅਨਾਲਿਸਿਸ, ਕੱਪੜ ਛਾਣ ਹੈ ਜਿਹੜਾ ਉਹ ਅੱਗੇ ਵਧਾਊਂਗਾ। ਦੇਖੋ, ਸਭ ਤੋਂ ਪਹਿਲਾਂ ਤਾਂ ਕੱਲ੍ਹ ਰਾਤ ਲਗਭਗ 12 ਵਜੇ ਤੱਕ ਮੈਂ ਲਗਾਤਾਰ ਇੰਤਜ਼ਾਰ ਕਰਦਾ ਰਿਹਾ ਕਾਂਗਰਸ ਦੀ ਅਗਲੀ ਸੂਚੀ ਦਾ। ਦਿੱਲੀ ਤੱਕ ਮੈਂ ਲਗਾਤਾਰ ਸੰਪਰਕ ਕੀਤਾ ਕਿ ਸ਼ਾਇਦ ਹੁਣ ਕਾਂਗਰਸ ਦੀ ਅਗਲੀ ਸੂਚੀ ਆਉਂਦੀ ਹੈ, ਸ਼ਾਇਦ ਹੁਣ ਕਾਂਗਰਸ ਦੀ ਅਗਲੀ ਸੂਚੀ ਆਉਂਦੀ ਹੈ। ਪਰ ਜਿੱਦਾਂ ਹੀ 22 ਅਪ੍ਰੈਲ ਚੜ੍ਹੀ, ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਰੂਬਰੂ ਹਾਂ ਔਰ ਇਸ ਵਕਤ ਲਗਭਗ 1:30 ਵਜੇ ਸਵੇਰ ਦੇ ਹੋ ਚੁੱਕੇ ਨੇ ਭਾਰਤੀ ਸਮੇਂ ਦੇ ਮੁਤਾਬਕ। ਹੁਣ ਸਵਾਲ ਇਹ ਹੈ ਕਿ ਕਾਂਗਰਸ ਨੇ ਸੂਚੀ ਜਾਰੀ ਕਿਉਂ ਨਹੀਂ ਕੀਤੀ? ਕੱਲ੍ਹ ਜਦੋਂ ਚੀਫ ਇਲੈਕਸ਼ਨ ਕਮੇਟੀ ਦੀ ਮੀਟਿੰਗ ਕਾਂਗਰਸ ਦੀ ਹੋ ਗਈ ਸੀ, ਹਾਲਾਂਕਿ ਇਹ ਵੀ ਹੋ ਸਕਦਾ ਕਿ ਜਦੋਂ ਤੱਕ ਇਹ ਪ੍ਰੋਗਰਾਮ ਸਾਡੇ ਪੰਜਾਬੀ ਸੁਣ ਰਹੇ ਨੇ ਜਾਂ ਹੁਣ ਸੁਣ ਰਹੇ ਨੇ, ਹੋ ਸਕਦਾ ਇਹ ਸੂਚੀ ਕਿਸੇ ਵੀ ਵੇਲੇ ਆ ਜਾਵੇ। ਪਰ ਮੇਰਾ ਇਹ ਮੰਨਣਾ ਹੈ ਕਿ ਕਾਂਗਰਸ ਬਹੁਤ ਜ਼ਿਆਦਾ ਚਿੰਤਤ ਹੈ ਇਸ ਗੱਲ ਨੂੰ ਲੈ ਕੇ ਕਿ ਪਾਰਟੀ ਦੇ ਵਿੱਚ ਬਗਾਵਤ ਬਹੁਤ ਵੱਡੇ ਪੱਧਰ 'ਤੇ ਹੋ ਰਹੀ ਹੈ। ਮੈਂ ਜ਼ਿਕਰ ਕਰੂੰਗਾ ਜਲੰਧਰ ਦਾ ਵੀ, ਪਟਿਆਲੇ ਦਾ ਵੀ, ਪਰ ਜਿਹੜੀਆਂ 7 ਸੀਟਾਂ ਦੇ ਉੱਤੇ ਨਾਮ ਤੈਅ ਕੀਤੇ ਗਏ ਨੇ, ਲਗਭਗ ਸਾਰੀਆਂ ਸੀਟਾਂ 'ਤੇ ਨਾਮ ਤੈਅ ਨੇ। ਨਾਮ ਤੈਅ ਹੋਣ ਦੇ ਬਾਵਜੂਦ ਕਈ ਲੀਡਰਾਂ ਨੇ ਆਪਣੇ ਸਮਰਥਕਾਂ ਨੂੰ ਸੁਨੇਹੇ ਲਾ ਦਿੱਤੇ ਕਿ ਉੱਪਰੋਂ ਸਾਨੂੰ ਯੈਸ ਹੈ, ਤੁਸੀਂ ਤਿਆਰੀ ਕਰੋ। ਕਈ ਜ਼ਿਲ੍ਹੇ, ਕਈ ਲੋਕ ਸਭਾ ਦੇ ਹਲਕੇ ਜਿੱਥੇ ਵੱਡੇ ਵੱਡੇ ਦਾਅਵੇਦਾਰ ਨੇ, ਉਹਨਾਂ ਨੇ ਆਪਣੇ ਆਪਣੇ ਸਮਰਥਕਾਂ ਨੂੰ ਹੁਕਮ ਲਾ ਦਿੱਤਾ ਕਿ ਸਾਨੂੰ ਉੱਪਰੋਂ ਯੈਸ ਹੈ, ਤੁਸੀਂ ਤਿਆਰੀ ਕਰੋ। ਹੁਣ ਸੂਚੀ ਕਿਸੇ ਵੇਲੇ ਵੀ ਆ ਸਕਦੀ ਹੈ, ਪਰ ਚਿੰਤਾ ਕੀ ਹੈ? ਅਸਲ 'ਚ ਚਿੰਤਾ ਇਸ ਗੱਲ ਦੀ ਹੈ ਕਾਂਗਰਸ ਨੂੰ ਕਿ ਅਸੀਂ ਉਹ ਲੀਡਰ ਜਿਨ੍ਹਾਂ ਨੂੰ ਟਿਕਟਾਂ ਨਹੀਂ ਦੇ ਸਕੇ ਜਾਂ ਜਿਨ੍ਹਾਂ ਦੀ ਅਸੀਂ ਟਿਕਟ ਕੱਟ ਦਿੱਤੀ ਹੈ, ਅਸੀਂ ਘੱਟੋ ਘੱਟ ਉਹਨਾਂ ਨੂੰ ਕਾਰਨ ਦੱਸੀਏ ਕਿ ਅਸੀਂ ਕਿਉਂ ਟਿਕਟ ਨਹੀਂ ਦਿੱਤੀ ਔਰ ਕਿਉਂ ਅਸੀਂ ਦੂਸਰਾ ਉਮੀਦਵਾਰ ਇੱਥੇ ਲੈ ਕੇ ਆਏ ਹਾਂ, ਤਾਂ ਕਿ ਉਹ ਬਗਾਵਤ ਨਾ ਕਰਨ। ਕਾਂਗਰਸ ਦੀ ਸਭ ਤੋਂ ਵੱਡੀ ਚਿੰਤਾ ਇਹੀ ਹੈ ਕਿ ਕਾਂਗਰਸ ਦਾ ਜਿਹੜਾ ਸੰਗਠਨ ਹੈ ਉਹ ਬਹੁਤ ਜ਼ਿਆਦਾ ਸੰਗਠਿਤ ਨਹੀਂ ਹੈ। ਭਾਵੇਂ ਪੰਜਾਬ ਦੇ ਵਿੱਚ ਸੂਬੇ ਦਾ ਸੰਗਠਨ ਹੈ, ਭਾਵੇਂ ਕੇਂਦਰੀ ਕਾਂਗਰਸ ਲੀਡਰਸ਼ਿਪ ਹੈ, ਹਾਲਾਂਕਿ ਚੋਣਾਂ ਦੇ ਦਿਨਾਂ ਦੇ ਵਿੱਚ ਹਰ ਪਾਰਟੀ ਦੇ ਲੀਡਰ ਇੱਕ ਦੂਜੀ ਪਾਰਟੀ 'ਚ ਜਾਂਦੇ ਨੇ। ਭਾਰਤੀ ਜਨਤਾ ਪਾਰਟੀ ਦੇ ਵੀ ਕਈ ਲੀਡਰ ਕਾਂਗਰਸ 'ਚ ਸ਼ਾਮਿਲ ਹੋਏ ਨੇ ਔਰ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਸਿਟਿੰਗ ਮੈਂਬਰ ਪਾਰਲੀਮੈਂਟ ਔਰ ਟਿਕਟਧਾਰੀ BJP 'ਚ ਚਲਿਆ ਗਿਆ ਔਰ ਡਾਕਟਰ ਚੱਬੇਵਾਲ ਜਿਹੜੇ ਡਿਪਟੀ ਲੀਡਰ ਸੀ ਪੰਜਾਬ ਵਿਧਾਨ ਸਭਾ 'ਚ ਕਾਂਗਰਸ ਦੇ, ਉਹ ਆਮ ਆਦਮੀ ਪਾਰਟੀ 'ਚ ਚਲੇ ਗਏ ਜਿਨ੍ਹਾਂ ਦੀ ਸੱਤਾ ਹੈ ਪੰਜਾਬ ਦੇ ਵਿੱਚ। ਸੋ ਬਹੁਤ ਸਾਰੇ ਲੀਡਰਾਂ ਨੇ ਪਾਰਟੀਆਂ ਛੱਡੀਆਂ ਨੇ। ਡਾਕਟਰ ਧਰਮਵੀਰ ਗਾਂਧੀ ਕਿਸੇ ਵੇਲੇ ਆਮ ਆਦਮੀ ਪਾਰਟੀ 'ਚ ਸੀ, ਫਿਰ
ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦਾ ਹਿੱਸਾ ਬਣੇ, ਹੁਣ ਉਹ ਕਾਂਗਰਸ ਦੇ ਵਿੱਚ ਚਲੇ ਗਏ। ਪਰ ਚਿੰਤਾ ਕਾਂਗਰਸ ਨੂੰ ਬਗਾਵਤ ਦੀ ਹੈ। ਹੁਣ ਜਲੰਧਰ ਦੀ ਜਿਹੜੀ ਬਗਾਵਤ ਹੈ ਉਹ ਹਜੇ ਤੱਕ ਨਹੀਂ ਰੁਕੀ। ਹਾਲੇ ਤੱਕ ਬੀਬੀ ਕਰਮਜੀਤ ਚੌਧਰੀ ਬਾਰੇ ਇਹ ਚਰਚਾਵਾਂ ਸੀ ਕਿ ਕੀ ਉਹ ਕਾਂਗਰਸ ਛੱਡਣਗੇ ਜਾਂ ਨਹੀਂ, ਪਰ ਦੋ ਦਿਨ ਪਹਿਲਾਂ ਉਹ ਬੀਜੇਪੀ 'ਚ ਚਲੇ ਗਏ। ਹੁਣ ਉਹਨਾਂ ਦੇ ਪੁੱਤਰ ਵਿਕਰਮ ਚੌਧਰੀ ਉਹ ਤਾਂ ਲਗਾਤਾਰ ਕਾਂਗਰਸ 'ਚ ਨੇ, ਪਰ ਪ੍ਰਗਟ ਸਿੰਘ ਔਰ ਵਿਕਰਮ ਚੌਧਰੀ ਦੇ ਵਿਚਾਲੇ ਹੁਣ ਜਿਹੜੀ ਜ਼ੁਬਾਨੀ ਜੰਗ ਹੈ ਉਹ ਸ਼ੁਰੂ ਹੋ ਗਈ। ਕੱਲ੍ਹ ਮੈਂ ਸੁਣ ਰਿਹਾ ਸੀ ਕਈ ਚੈਨਲਾਂ ਦੇ ਉੱਤੇ, ਸੋਸ਼ਲ ਮੀਡੀਆ 'ਤੇ ਪ੍ਰਗਟ ਸਿੰਘ ਹੁਣਾਂ ਦਾ ਬਿਆਨ ਕਿ ਮਰਦਾਂ ਵਾਲੀ ਗੱਲ ਤਾਂ ਇਹ ਹੈ ਕਿ ਹੁਣ ਅਗਰ ਵਿਕਰਮ ਚੌਧਰੀ ਵੀ ਅਸਤੀਫਾ ਦੇਣ ਅਤੇ ਖੁੱਲ੍ਹ ਕੇ ਭਾਰਤੀ ਜਨਤਾ ਪਾਰਟੀ ਲਈ ਮੈਦਾਨ 'ਚ ਉਤਰਨ, ਭਾਵ ਕਿ ਵਿਕਰਮ ਚੌਧਰੀ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ, ਇਸ ਗੱਲ ਦੇ ਉੱਪਰ ਵੀ ਰੌਲਾ ਪੈ ਗਿਆ ਜਦੋਂ ਪੱਤਰਕਾਰਾਂ ਨੇ ਪ੍ਰਗਟ ਸਿੰਘ ਨੂੰ ਸਵਾਲ ਕੀਤਾ ਅਤੇ ਉਹਨਾਂ ਨੇ ਇਸ ਤਰੀਕੇ ਦੀ ਟਿੱਪਣੀ ਕੀਤੀ ਹੈ। ਭਾਵ ਚਰਨਜੀਤ ਚੰਨੀ ਉਹਨਾਂ ਦਾ ਆਪਣੇ ਆਪ ਨੂੰ ਸੁਦਾਮਾ ਕਹਿਣਾ ਔਰ ਵਿਕਰਮ ਚੌਧਰੀ ਉਹਨਾਂ ਦਾ ਚਰਨਜੀਤ ਚੰਨੀ ਉਹਨਾਂ 'ਤੇ ਤੰਜ ਕੱਸਣਾ, ਉਹਨਾਂ ਨੂੰ ਸ਼ਕਨੀ ਨਾਲ ਉਹਨਾਂ ਦੀ ਤੁਲਨਾ ਕਰਨੀ, ਸੋ ਇਹ ਕਾਫੀ ਜ਼ਿਆਦਾ ਜਿਹੜਾ ਜਲੰਧਰ ਦੇ ਵਿੱਚ ਕਾਂਗਰਸ ਦਾ ਜਿਹੜਾ ਮਾਹੌਲ ਹੈ ਉਹ ਬਗਾਵਤੀ ਬਣਿਆ ਹੋਇਆ ਹੈ। ਚਰਨਜੀਤ ਚੰਨੀ ਇੱਕ ਵੱਡੇ ਚਿਹਰੇ ਦੇ ਤੌਰ 'ਤੇ ਦੇਖੇ ਜਾ ਰਹੇ ਸੀ ਕਾਂਗਰਸ 'ਚ, ਹੁਣ ਵੀ ਕਾਂਗਰਸ ਦਾ ਵੱਡਾ ਚਿਹਰਾ ਨੇ ਚਰਨਜੀਤ ਚੰਨੀ। ਪ੍ਰਗਟ ਸਿੰਘ ਮਜ਼ਬੂਤ MLA ਨੇ, ਉਹਨਾਂ ਦੇ ਨਾਲ ਨੇ ਸੁਖਵਿੰਦਰ ਕੋਟਲੀ, ਉਹਨਾਂ ਦੇ ਨਾਲ ਨੇ ਕਈ ਕਾਂਗਰਸ ਦੇ ਜਿਹੜੇ ਹਲਕਾ ਇੰਚਾਰਜ ਹਾਰੇ ਜਿੱਤੇ ਕੈਂਡੀਡੇਟ ਉਹ ਸਾਰੇ ਚਰਨਜੀਤ ਚੰਨੀ ਦੇ ਨਾਲ ਨੇ, ਪਰ ਵੱਡਾ ਪਰਿਵਾਰ ਕਰਮਜੀਤ ਚੌਧਰੀ ਜਿਹੜੇ ਖੁਦ ਉਮੀਦਵਾਰ ਰਹੇ ਨੇ ਪਿਛਲੀ ਵਾਰੀ ਔਰ ਲਗਭਗ 15-16 ਵਾਰੀ ਵਿਧਾਨ ਸਭਾ ਜਾਂ ਲੋਕ ਸਭਾ ਦੇ ਵਿੱਚ ਪਰਿਵਾਰ ਨੇ ਨੁਮਾਇੰਦਗੀ ਕੀਤੀ ਹੈ, ਉਸ ਪਰਿਵਾਰ ਦੇ ਛੱਡ ਜਾਣ ਦੇ ਨਾਲ ਕਾਂਗਰਸ ਦੀ ਬਗਾਵਤ ਕੌਮੀ ਪੱਧਰ 'ਤੇ ਦੁਨੀਆ ਭਰ ਦੇ ਵਿੱਚ ਇਸ ਵਕਤ ਚਰਚਾ ਦੇ ਵਿੱਚ ਆਈ ਹੈ। ਇਸੇ ਤਰ੍ਹਾਂ ਪਟਿਆਲੇ ਦੀ ਸੀਟ ਦੀ ਚਿੰਤਾ, ਭਾਵੇਂ ਲਾਲ ਸਿੰਘ ਉਹਨਾਂ ਨੇ ਕਹਿ ਦਿੱਤਾ ਕੱਲ੍ਹ ਪਰਸੋਂ ਜਦੋਂ ਰਾਜਾ ਵੜਿੰਗ ਪਹੁੰਚੇ ਉੱਥੇ ਮੀਟਿੰਗ 'ਚ ਕਿ ਅਸੀਂ ਕਾਂਗਰਸੀ ਹਾਂ, ਸਾਡਾ ਰੋਸ ਤਾਂ ਰਹੂਗਾ ਪਰ ਅਸੀਂ ਡਾਕਟਰ ਗਾਂਧੀ ਨੂੰ ਵੋਟ ਪਾਵਾਂਗੇ, ਪਰ ਹਾਲੇ ਵੀ ਕੀ ਪਟਿਆਲਾ ਦੇ ਜਿਹੜੇ ਬਾਗੀ ਲੀਡਰ ਨੇ ਉਹ ਡਾਕਟਰ ਧਰਮਵੀਰ ਗਾਂਧੀ ਨਾਲ ਖੁੱਲ੍ਹ ਕੇ ਚੱਲਣਗੇ, ਲਗਾਤਾਰ ਦਿਨ ਰਾਤ ਉਹਨਾਂ ਨਾਲ ਪ੍ਰਚਾਰ ਕਰਨਗੇ, ਡਾਕਟਰ ਧਰਮਵੀਰ ਗਾਂਧੀ ਦੇ ਦਫ਼ਤਰ ਦੀ ਕਮਾਂਡ ਸੰਭਾਲਣਗੇ। ਸਾਰੇ ਸਵਾਲ ਨੇ ਜਿਹੜੇ ਹਾਲੇ ਵੀ ਪਟਿਆਲਾ ਦੀ ਧਰਾਤਲ 'ਤੇ ਖੜ੍ਹੇ ਨੇ ਕਿ ਬਾਗੀ ਭਾਵੇਂ ਉੱਪਰੋਂ ਉੱਪਰੋਂ ਕਹਿ ਦੇਣ ਕਿ ਅਸੀਂ ਡਾਕਟਰ ਗਾਂਧੀ ਦੇ ਨਾਲ ਹਾਂ, ਪਰ ਚਰਚਾਵਾਂ ਇਹ ਨੇ ਕਿ ਕਾਂਗਰਸ ਦੇ ਕਈ ਬਾਗੀ ਪਟਿਆਲਾ ਦੇ ਵਿੱਚ ਨਹੀਂ ਚਾਹੁੰਦੇ ਕਿ ਡਾਕਟਰ ਧਰਮਵੀਰ ਗਾਂਧੀ ਜਿੱਤਣ, ਕਿਉਂਕਿ ਅਗਰ ਡਾਕਟਰ ਧਰਮਵੀਰ ਗਾਂਧੀ ਜਿੱਤ ਗਏ ਤਾਂ 27 ਤੋਂ ਪਹਿਲਾਂ ਫਿਰ ਉਹਨਾਂ ਦੇ ਪੈਰ ਨਹੀਂ ਲੱਗਣੇ ਜਿਹੜੇ ਹੁਣ ਉੱਥੋਂ ਟਿਕਟਾਂ ਦੇ ਚਾਹਵਾਨ ਸੀ। ਸੋ ਜਿਹੜੀ ਸਿਆਸਤ ਹੈ ਉਹ ਇਸ ਰੂਪ ਦੇ ਵਿੱਚ ਵੀ ਕਿਤੇ ਨਾ ਕਿਤੇ ਦੇਖੀ, ਸੋਚੀ, ਸਮਝੀ, ਪਰਖੀ ਅਤੇ ਅਨੁਮਾਨਿਤ ਕੀਤੀ ਜਾ ਰਹੀ ਹੈ। ਸੋ ਬਹੁਤ ਹੀ ਔਖੀਆਂ ਘੜੀਆਂ ਇਸ ਵਕਤ ਕਾਂਗਰਸ ਦੇ ਲਈ ਹੈ, ਔਰ ਮੈਂ ਲਗਾਤਾਰ ਜ਼ਿਕਰ ਕਰ ਰਿਹਾ, ਮੀਡੀਆ ਦੇ ਵਿੱਚ ਲਗਾਤਾਰ ਆ ਰਿਹਾ, ਨਵਜੋਤ ਸਿੰਘ ਸਿੱਧੂ ਦੇ ਸਾਥੀ ਨੇ ਜਿਹੜੇ, ਹਰਵਿੰਦਰ ਲਾਡੀ ਬਠਿੰਡਾ 'ਚ ਨੇ, ਉਹਨਾਂ ਦੇ ਅੱਗੇ ਕਈ ਸਾਥੀ ਨੇ, ਉਹ ਸਾਰੇ ਬਠਿੰਡਾ 'ਚ ਕਾਂਗਰਸ ਪਾਰਟੀ ਦੇ ਪ੍ਰਚਾਰ ਲਈ ਤਿਆਰ ਨੇ। ਸੰਗਰੂਰ 'ਚ ਨਵਜੋਤ ਸਿੰਘ ਸਿੱਧੂ ਦੇ ਕਈ ਸਾਥੀ ਨੇ, ਉਹ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੁੱਲ੍ਹੇ ਮਨ ਨਾਲ ਨਹੀਂ ਤੁਰ ਰਹੇ, ਕੋਈ ਨਿੱਜੀ ਤੌਰ 'ਤੇ ਤੁਰ ਰਿਹਾ ਅਤੇ ਮਾੜਾ ਮੋਟਾ ਤੁਰ ਰਿਹਾ, ਭਾਵ ਕਿ ਨਵਜੋਤ ਸਿੰਘ ਸਿੱਧੂ ਦੇ ਸਾਥੀ ਨੇ ਜਿਹੜੇ ਉਹ ਵੀ ਖੁੱਲ੍ਹ ਕੇ ਚੋਣ ਪ੍ਰਚਾਰ 'ਚ ਨਹੀਂ ਆ ਰਹੇ। ਉਹਨਾਂ ਨੂੰ ਇਸ ਗੱਲ ਦਾ ਇਤਰਾਜ਼ ਹੈ ਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੀਆਂ ਮੀਟਿੰਗਾਂ ਰੋਕੀਆਂ, ਸੰਗਠਨ ਨਾਲ ਨਾਰਾਜ਼ਗੀ ਹੈ। ਸੋ ਇਹ ਸਥਿਤੀਆਂ ਤਿੰਨ ਚਾਰ ਸੀਟਾਂ ਤਾਂ ਸਿੱਧੇ ਤੌਰ 'ਤੇ ਜਿਹੜੀਆਂ ਪਹਿਲੀ ਸੂਚੀ 'ਚ 6 ਸੀਟਾਂ ਦਿੱਤੀਆਂ ਕਾਂਗਰਸ ਨੇ, ਬਠਿੰਡਾ, ਸੰਗਰੂਰ, ਪਟਿਆਲਾ, ਜਲੰਧਰ, ਇਹ 4 ਸੀਟਾਂ ਤਾਂ ਸਿੱਧੀਆਂ ਹੀ ਬਾਗੀ ਇੱਥੇ ਨਜ਼ਰ ਆ ਗਏ। ਹੁਣ ਬਾਕੀ 7 ਸੀਟਾਂ ਇਸੇ ਕਰਕੇ ਕਾਂਗਰਸ ਦੁਚਿੱਤੀ 'ਚ ਹੈ ਕਿ ਅਸੀਂ ਨਾਮ ਤਾਂ ਤੈਅ ਕਰਤੇ, ਉਮੀਦਵਾਰ ਵੀ ਫਾਈਨਲ ਕਰਤੇ ਲਗਭਗ ਸਾਰੇ, ਪਰ
ਕੀ ਕੋਈ ਬਗਾਵਤ ਤਾਂ ਨਹੀਂ ਹੋਏਗੀ? ਸੋ ਸੂਚੀ ਜਾਰੀ ਕਰਨ ਤੋਂ ਪਹਿਲਾਂ ਕਾਂਗਰਸ ਹਰ ਕਿਸੇ ਨੂੰ ਭਰੋਸੇ 'ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਉਂਝ ਜਿਹੜੇ ਸੰਭਾਵੀ ਨਾਮ ਨੇ ਖੁੱਲ੍ਹ ਕੇ ਆ ਰਹੇ ਨੇ, ਇੱਕ ਇੱਕ ਦੋ ਦੋ ਲੁਧਿਆਣੇ ਤੋਂ ਭਾਰਤ ਭੂਸ਼ਣ ਆਸ਼ੂ ਦਾ ਨਾਮ ਇੱਕ ਵਾਰ ਫਿਰ ਉੱਪਰ ਆ ਗਿਆ, ਭਾਰਤ ਭੂਸ਼ਣ ਆਸ਼ੂ ਦਾ ਨਾਮ ਉੱਪਰ ਆ ਗਿਆ। ਹਾਲਾਂਕਿ ਪ੍ਰਗਟ ਸਿੰਘ ਦਾ ਨਾਮ ਵੀ ਚੱਲ ਰਿਹਾ ਸੀ, ਸੰਜੇ ਤਲਵਾਰ ਦਾ ਨਾਮ ਵੀ ਚੱਲ ਰਿਹਾ ਸੀ। ਹੁਣ ਸੂਚੀ ਜਾਰੀ ਹੋਣ ਤੋਂ ਪਹਿਲਾਂ ਵੀ ਕਾਂਗਰਸ ਦੀ ਹਾਈ ਕਮਾਂਡ ਕੋਲ ਇਹ ਅਧਿਕਾਰ ਹੁੰਦਾ, ਮਲਕੀ ਅਰਜਨ ਖੜਗੇ ਜਾਂ ਰਾਹੁਲ ਗਾਂਧੀ ਜਾਂ ਗਾਂਧੀ ਪਰਿਵਾਰ ਜਦੋਂ ਮਰਜ਼ੀ ਕਿਸੇ ਦਾ ਨਾਮ ਕਟਵਾ ਕੇ ਬਦਲਾ ਵੀ ਸਕਦਾ। ਇਹ ਵੀ ਹੁੰਦਾ ਕਾਂਗਰਸ 'ਚ, ਇਹ ਚਰਚਾਵਾਂ ਨੇ ਕਿ ਸਾਰਾ ਕੁਝ ਤਿਆਰ ਹੋਣ ਤੋਂ ਬਾਅਦ ਵੀ ਕਈ ਲੀਡਰਾਂ ਦੀ ਇਸ ਤਰ੍ਹਾਂ ਦੀ ਸਾਂਝ ਹੈ ਗਾਂਧੀ ਪਰਿਵਾਰ ਨਾਲ ਕਿ ਉਹ ਬਦਲਾ ਜਾਂਦੇ ਨੇ ਨਾਮ। ਇਹ ਅਕਸਰ ਚਰਚਾਵਾਂ ਹੁੰਦੀਆਂ ਨੇ। ਹੁਣ ਜਦੋਂ ਸੂਚੀ ਜਾਰੀ ਹੋਏਗੀ ਪਤਾ ਤਾਂ ਫਿਰ ਲੱਗਣਾ, ਪਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਰਾਣਾ ਕੇ ਪੀ ਦਾ ਨਾਮ ਉੱਪਰ ਚੱਲ ਰਿਹਾ ਹੈ, ਔਰ ਦੂਸਰੇ ਨੰਬਰ 'ਤੇ ਰਾਣਾ ਇੰਦਰ ਪ੍ਰਤਾਪ ਦਾ ਨਾਮ ਉੱਥੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਤੋਂ ਬਰਾਬਰ ਦੋਨਾਂ ਦਾ ਚੱਲ ਰਿਹਾ ਵੀ ਦੋਵਾਂ 'ਚੋਂ ਕਿਸੇ ਇੱਕ ਦਾ ਆ ਸਕਦਾ ਹੈ। ਹਾਲਾਂਕਿ ਇਸੇ ਤਰ੍ਹਾਂ ਖਡੂਰ ਸਾਹਿਬ ਤੋਂ ਰਾਣਾ ਇੰਦਰ ਪ੍ਰਤਾਪ ਦਾ ਨਾਮ ਵੀ ਆ ਰਿਹਾ ਔਰ ਕੁਲਬੀਰ ਜ਼ੀਰਾ ਦਾ ਨਾਮ ਵੀ ਆ ਰਿਹਾ, ਔਰ ਕੁਲਬੀਰ ਜ਼ੀਰਾ ਦਾ ਨਾਮ ਪਹਿਲਾਂ ਫਿਰੋਜ਼ਪੁਰ ਚੱਲਦਾ ਸੀ ਪਰ ਸ਼ੇਰ ਸਿੰਘ ਘੁਬਾਇਆ ਉੱਥੇ ਜ਼ਿਆਦਾ ਮਜ਼ਬੂਤ ਦਾਅਵੇਦਾਰ ਮੰਨੇ ਜਾ ਰਹੇ ਨੇ। ਸੋ ਸ਼ੇਰ ਸਿੰਘ ਘੁਬਾਇਆ ਫਿਰੋਜ਼ਪੁਰ ਤੋਂ ਬਾਜ਼ੀ ਮਾਰ ਸਕਦੇ ਨੇ। ਇਸੇ ਤਰ੍ਹਾਂ ਫਰੀਦਕੋਟ ਤੋਂ ਸੁਖਵਿੰਦਰ ਡੈਣੀ ਦਾ ਨਾਮ ਲਗਾਤਾਰ ਚੱਲ ਰਿਹਾ, ਹਾਲਾਂਕਿ ਉੱਥੇ ਸਥਾਨਕ ਲੀਡਰਸ਼ਿਪ ਵੀ ਹੈ ਔਰ ਜਿਹੜੇ ਮੁਹੰਮਦ ਸਦੀਕ ਨੇ ਉਹ ਵੀ ਲਗਾਤਾਰ ਬੈਟਿੰਗ ਕਰ ਰਹੇ ਨੇ ਕਿ ਦੂਸਰੀਆਂ ਪਾਰਟੀਆਂ ਨੇ ਸਭ ਨੇ ਕਲਾਕਾਰਾਂ ਨੂੰ ਟਿਕਟ ਦਿੱਤੀ ਹੈ, ਮੇਰੀ ਟਿਕਟ ਬਰਕਰਾਰ ਰਹੇ। ਔਰ ਮੁਹੰਮਦ ਸਦੀਕ ਲਗਾਤਾਰ ਆਪਣੇ ਆਪ ਨੂੰ ਕਾਂਗਰਸ ਦਾ ਸੱਚਾ ਸਿਪਾਹੀ ਦੱਸਦੇ ਨੇ ਪਿਛਲੀਆਂ ਇੰਟਰਵਿਊਜ਼ ਦੇ ਦੌਰਾਨ। ਉਹ ਮਿਲ ਕੇ ਵੀ ਆਏ ਸੀ ਬੀਬੀ ਸੋਨੀਆ ਗਾਂਧੀ ਨੂੰ, ਜਸਬੀਰ ਡਿੰਪਾ ਉਹਨਾਂ ਨੇ ਚੋਣ ਨਹੀਂ ਲੜਨੀ, ਉਹਨਾਂ ਨੇ ਆਪ ਹੀ ਕਹਿਤਾ। ਸੋ ਇਹ ਘਮਸਾਨ ਕਾਂਗਰਸ ਪਾਰਟੀ ਦੇ ਵਿੱਚ ਬਗਾਵਤ ਦੇ ਡਰ ਤੋਂ ਮੱਚਿਆ ਹੋਇਆ। ਬਾਕੀ ਸੂਚੀ ਜਾਂ ਤਾਂ ਹੁਣ ਤੱਕ ਆ ਗਈ ਹੋਣੀ ਹੈ ਜਾਂ ਸੂਚੀ ਅੱਜ ਕਿਸੇ ਵੀ ਟਾਈਮ ਆਏਗੀ, ਪਰ ਚਿੰਤਾ ਕਾਂਗਰਸ ਨੂੰ ਇਸ ਗੱਲ ਦੀ ਹੈ ਕਿ ਹੁਣ ਜਿਹੜੀ ਨਵੀਂ ਸੂਚੀ ਸੱਤਾਂ ਦੀ ਆਉਣੀ ਜਾਂ 3 ਜਾਂ 4 ਨਾਮ ਅਗਰ ਉਹ ਪਹਿਲਾਂ ਦਿੰਦੇ ਨੇ ਕਿਤੇ ਬਗਾਵਤ ਤਾਂ ਨਹੀਂ ਹੋਏਗੀ। ਸਾਰੀ ਗੱਲ ਇਸੇ ਕਰਕੇ ਅਟਕੀ ਹੋਈ ਹੈ। ਔਰ ਜਿਵੇਂ ਤੁਸੀਂ ਸਵਾਲ ਕੀਤਾ ਸੀ, ਬਿਲਕੁਲ ਖਤਰਾ ਬਣਿਆ ਹੋਇਆ ਕਾਂਗਰਸ ਦਾ, ਇੱਕ ਨਹੀਂ ਬਲਕਿ 2-3 ਲੀਡਰ ਸੰਭਾਵੀ ਤੌਰ ਦੇ ਉੱਤੇ ਕਾਂਗਰਸ ਪਾਰਟੀ ਛੱਡ ਸਕਦੇ ਨੇ ਅਗਰ ਟਿਕਟਾਂ ਦੀ ਵੰਡ ਦੇ ਵਿੱਚ ਉਹਨਾਂ ਨੂੰ ਨਾ ਅਹਿਮੀਅਤ ਦਿੱਤੀ ਗਈ ਜਾਂ ਉਹਨਾਂ ਨੂੰ ਜਿਹੜਾ ਵਾਅਦਾ ਕੀਤਾ ਸੀ ਉਹਦੇ ਤੋਂ ਪਾਰਟੀ ਨੇ ਵਫਾ ਨਾ ਕੀਤੀ। ਦੁਆਬੇ ਦੇ ਵਿੱਚ ਵੀ ਇੱਕ ਲੀਡਰ ਹੈ, ਮਾਲਵੇ ਦੇ ਵਿੱਚ ਵੀ ਇੱਕ ਲੀਡਰ ਹੈ, ਅਗਰ ਉਹਨਾਂ ਨੂੰ ਕਾਂਗਰਸ ਨੇ ਟਿਕਟ ਨਾ ਦਿੱਤੀ, ਵੱਡੇ ਦਾਅਵੇਦਾਰ ਨੇ, ਉਹ ਨਾਰਾਜ਼ਗੀ ਪ੍ਰਗਟ ਕਰ ਸਕਦੇ ਨੇ। ਔਰ ਜਲੰਧਰ ਦੇ ਵਿੱਚ ਖਾਸ ਤੌਰ 'ਤੇ ਦੁਆਬੇ ਦੇ ਵਿੱਚ ਵੀ ਇੱਕ ਲੀਡਰ ਹੈ ਜਿਹੜਾ ਸੰਭਾਵਿਤ ਦਾਅਵੇਦਾਰ ਹੈ। ਸੋ ਅਗਰ ਕਾਂਗਰਸ ਪਾਰਟੀ ਪੋਲੀਟੀਕਲ ਇਨਸਾਫ ਨਹੀਂ ਕਰਦੀ ਤਾਂ ਕੋਈ ਵੀ ਫੈਸਲਾ ਉਹ ਲੀਡਰ ਕਰ ਸਕਦੇ ਨੇ। ਸੋ ਮੈਨੂੰ ਲੱਗਦਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਕਈ ਲੀਡਰ ਕਾਂਗਰਸ ਪਾਰਟੀ ਦੇ ਪਾਰਟੀ ਛੱਡ ਗਏ ਨੇ, ਹਾਲੇ ਵੀ ਇਹ ਖਤਰਾ ਬਣਿਆ ਹੋਇਆ ਹੈ। ਇਸੇ ਕਰਕੇ ਸੂਚੀਆਂ ਵੀ ਲਗਾਤਾਰ ਲਟਕਦੀਆਂ ਆ ਰਹੀਆਂ ਨੇ, ਪਰ ਆਖਿਰਕਾਰ ਤਾਂ ਸੂਚੀ ਜਾਰੀ ਕਰਨੀ ਪੈਣੀ ਹੈ ਕਿਉਂਕਿ ਸਮਾਂ ਲਗਾਤਾਰ ਘਟਦਾ ਜਾ ਰਿਹਾ ਹੈ। ਹਾਲਾਂਕਿ ਅਕਾਲੀ ਦਲ ਨੇ ਹਜੇ ਆਪਣੇ 6 ਉਮੀਦਵਾਰਾਂ ਦੀ ਸੂਚੀ ਜਾਰੀ ਕਰਨੀ ਹੈ। ਮੰਨਿਆ ਇਹ ਜਾ ਰਿਹਾ ਹੈ ਕਿ ਅਕਾਲੀ ਦਲ ਵੀ ਅੱਜ ਸ਼ਾਮ ਤੱਕ 2-3 ਨਾਮ ਐਲਾਨ ਸਕਦਾ ਹੈ। ਲੁਧਿਆਣੇ ਦੇ ਵਿੱਚ ਉਹਨਾਂ ਦਾ ਨਾਮ ਕੋਈ ਤੈਅ ਨਹੀਂ, ਪਰ ਜਿਹੜੇ ਮੇਅਰ ਸੀ ਸਾਬਕਾ ਗੋਲਵੜੀਆ ਸਾਹਿਬ ਉਹਨਾਂ ਦਾ ਨਾਮ ਚੱਲ ਰਿਹਾ, ਰਣਜੀਤ ਢਿੱਲੋਂ ਦਾ ਨਾਮ ਚੱਲ ਰਿਹਾ। ਇਸੇ ਤਰ੍ਹਾਂ ਜਲੰਧਰ ਦੇ ਵਿੱਚ ਉਹ ਉਮੀਦਵਾਰ ਦੀ ਤਲਾਸ਼ ਦੇ ਵਿੱਚ ਨੇ, 1-2 ਉਮੀਦਵਾਰਾਂ 'ਤੇ ਸੁਖਬੀਰ ਬਾਦਲ ਦੀ ਨਜ਼ਰ ਟਿੱਕੀ ਹੈ। ਅਗਰ ਇਹ ਵੀ ਸੰਭਾਵਨਾ ਹੈ ਕਿ ਅੱਜ ਸੁਖਬੀਰ ਬਾਦਲ ਵੀ
ਜਲੰਧਰ ਜਾ ਸਕਦੇ ਨੇ। ਸੋ ਅਗਰ ਅੱਜ ਸੁਖਬੀਰ ਬਾਦਲ ਜਲੰਧਰ ਜਾਂਦੇ ਨੇ ਤੇ 2 ਵਜੇ 3 ਵਜੇ ਕੀ ਜਲੰਧਰ ਦੇ ਵਿੱਚ ਅੱਜ ਸੁਖਬੀਰ ਬਾਦਲ ਦੀ ਵਾਰੀ ਹੈ ਕਿ ਕੋਈ ਵੱਡਾ ਸਿਆਸੀ ਧਮਾਕਾ ਕਰਨਗੇ ਉਮੀਦਵਾਰ ਦੇ ਰੂਪ 'ਚ ਜਾਂ ਪਾਰਟੀ ਨੂੰ ਤਕੜਾ ਕਰਨ ਦੇ ਰੂਪ ਦੇ ਵਿੱਚ? ਕਈ ਤਰ੍ਹਾਂ ਦੀਆਂ ਚਰਚਾਵਾਂ ਅਤੇ ਕਿਆਸ ਨੇ। ਸੋ ਅੱਜ ਇੰਤਜ਼ਾਰ ਕਰਦੇ ਹਾਂ, ਦੁਪਹਿਰੇ ਰਾਜੀਵ ਭਾਸਕਰ ਜੀ ਦੇ ਨਾਲ ਜਿਹੜਾ ਪ੍ਰੋਗਰਾਮ ਕਰਾਂਗੇ ਉਹਦੇ ਵਿੱਚ ਨਿਸ਼ਚਿਤ ਤੌਰ ਦੇ ਉੱਤੇ ਹੋਰ ਸਪਸ਼ਟਤਾ ਦੇ ਨਾਲ ਅਸੀਂ ਦੱਸ ਸਕਾਂਗੇ ਕਿ ਅੱਜ ਜਲੰਧਰ 'ਚ ਅਕਾਲੀ ਦਲ ਨੇ ਕੀ ਨਵਾਂ ਖੁਲਾਸਾ ਕੀਤਾ। ਅਗਰ ਸੁਖਬੀਰ ਬਾਦਲ ਜਲੰਧਰ ਪਹੁੰਚ ਜਾਂਦੇ ਨੇ ਤਾਂ ਇਹਦੀ ਸੰਭਾਵਨਾ ਹੈ। ਜਿੱਥੋਂ ਤੱਕ ਗੱਲ ਰਹੀ ਭਾਰਤੀ ਜਨਤਾ ਪਾਰਟੀ ਦੀ, ਸੋ ਭਾਰਤੀ ਜਨਤਾ ਪਾਰਟੀ ਵੀ ਆਪਣੇ 4 ਉਮੀਦਵਾਰਾਂ ਦੇ ਲਗਭਗ ਚੋਣ ਦੇ ਆਖਰੀ ਪੜਾਅ 'ਤੇ ਹੈ। ਫਿਰੋਜ਼ਪੁਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਲਗਾਤਾਰ ਆਪਣਾ ਉਮੀਦਵਾਰ ਤੈਅ ਕਰਨ ਦੀ ਦਿਸ਼ਾ 'ਚ ਅੱਗੇ ਵੱਧ ਰਹੀ ਹੈ। ਫਤਿਹਗੜ੍ਹ ਸਾਹਿਬ ਤੋਂ ਇੰਦਰ ਇਕਬਾਲ ਸਿੰਘ ਅਟਵਾਲ, ਜਿਹੜੇ ਕਿ ਜਲੰਧਰ ਤੋਂ ਜਿਹੜੀ ਜ਼ਿਮਨੀ ਚੋਣ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਲੜੇ ਸੀ, ਉਹਨਾਂ ਦਾ ਨਾਮ ਬੜੀ ਤੇਜ਼ੀ ਨਾਲ ਅੱਗੇ ਵੱਧ ਰਿਹਾ। ਹਾਲਾਂਕਿ ਇਹ ਵੀ ਚਰਚਾਵਾਂ ਨੇ ਕਿ ਜਲੰਧਰ ਤੋਂ ਬੀਬੀ ਕਰਮਜੀਤ ਕੌਰ ਹੋਣਾ ਨੂੰ ਵੀ ਫਤਿਹਗੜ੍ਹ ਸਾਹਿਬ ਦੇ ਜਿਹੜੇ ਰਿਜ਼ਰਵ ਸੀਟ ਹੈ ਉਹਦੇ ਤੋਂ ਉਮੀਦਵਾਰ ਬਣਾਇਆ ਜਾ ਸਕਦਾ। ਹਾਲਾਂਕਿ ਗੱਲਾਂ ਤਾਂ ਇਹ ਵੀ ਨੇ ਕਿ ਉਹਨਾਂ ਨੂੰ ਹੁਸ਼ਿਆਰਪੁਰ ਵੀ ਭੇਜਿਆ ਜਾ ਸਕਦਾ, ਅਨੀਤਾ ਸੋਮ ਪ੍ਰਕਾਸ਼ ਉਹਨਾਂ ਨੂੰ ਬਦਲਿਆ ਜਾ ਸਕਦਾ, ਪਰ ਜਦ ਤੱਕ ਭਾਰਤੀ ਜਨਤਾ ਪਾਰਟੀ ਅਗਲੀ ਸੂਚੀ ਦਾ ਐਲਾਨ ਨਹੀਂ ਕਰਦਾ ਤਦ ਤੱਕ ਇਹ ਸਾਰੇ ਐਲਾਨ, ਇਹ ਸਾਰੀਆਂ ਚਰਚਾਵਾਂ ਇਹ ਕਿਆਸ ਨੇ ਜਦ ਤੱਕ ਸੂਚੀ ਜਾਰੀ ਨਹੀਂ ਹੁੰਦੀ। ਪਰ ਹਾਂ, ਇੰਦਰ ਇਕਬਾਲ ਸਿੰਘ ਅਟਵਾਲ ਦਾ ਨਾਮ ਬਹੁਤ ਗੰਭੀਰਤਾ ਦੇ ਨਾਲ ਫਤਿਹਗੜ੍ਹ ਸਾਹਿਬ 'ਚ ਵਿਚਾਰਿਆ ਜਾ ਰਿਹਾ ਕਿਉਂਕਿ ਉਹ ਪਹਿਲਾਂ ਹਲਕਾ ਕੁੰਭ ਕਲਾਂ ਤੋਂ ਉਹਨਾਂ ਦੇ ਪਿਤਾ ਚਰਨਜੀਤ ਸਿੰਘ ਅਟਵਾਲ ਕੁੰਭ ਕਲਾਂ ਤੋਂ ਔਰ ਫਿਲੌਰ ਹਲਕੇ ਤੋਂ, ਇਹਨਾਂ ਸਾਰੇ ਹਲਕਿਆਂ ਦੇ ਵਿੱਚੋਂ ਉਹ MP MLA ਬਣਦੇ ਰਹੇ ਨੇ। ਇੰਦਰ ਇਕਬਾਲ ਸਿੰਘ ਅਟਵਾਲ ਖੁਦ ਹਲਕਾ ਕੁੰਭ ਕਲਾਂ ਦੇ ਸਾਬਕਾ ਵਿਧਾਇਕ ਰਹੇ ਨੇ। ਉਸ ਹਲਕੇ 'ਚੋਂ ਸਾਹਨੇਵਾਲ ਔਰ ਸਮਰਾਲਾ 2 ਹਲਕੇ ਬਾਅਦ ਦੇ ਵਿੱਚ ਨਿਕਲੇ। ਰਾਏਕੋਟ ਜਿਹੜਾ ਹਲਕਾ ਹੈ, ਰਿਜ਼ਰਵ ਹਲਕਾ ਹੈ, ਉਹਦੇ ਤੋਂ ਵੀ ਇੰਦਰ ਇਕਬਾਲ ਸਿੰਘ ਅਟਵਾਲ, ਰਿੰਕੂ ਅਟਵਾਲ ਪਹਿਲਾਂ ਚੋਣ ਲੜ ਚੁੱਕੇ ਨੇ। ਸੋ ਫਤਿਹਗੜ੍ਹ ਸਾਹਿਬ ਤੋਂ ਉਹ ਭਾਰਤੀ ਜਨਤਾ ਪਾਰਟੀ ਦੇ ਮੁੜ ਤੋਂ ਉਮੀਦਵਾਰ ਇਸ ਵਾਰ ਬਣ ਸਕਦੇ ਨੇ। ਜਿੱਥੋਂ ਤੱਕ ਗੱਲ ਰਹੀ ਅਗਲੀ ਲਿਸਟ ਦੀ, ਮੈਨੂੰ ਲੱਗਦਾ BJP ਔਰ ਅਕਾਲੀ ਦਲ ਵੀ ਕਾਂਗਰਸ ਦੀ ਲਿਸਟ ਦੀ ਇੰਤਜ਼ਾਰ ਕਰ ਰਹੇ ਨੇ। ਸੋ ਕਾਂਗਰਸ ਦੀ ਲਿਸਟ ਤੋਂ ਬਾਅਦ BJP ਔਰ ਅਕਾਲੀ ਦਲ ਲਈ ਕਈ ਤਰ੍ਹਾਂ ਦੀਆਂ ਸੰਭਾਵਨਾਵਾਂ ਬਣਦੀਆਂ ਨੇ ਕਿਉਂਕਿ ਕਾਂਗਰਸ ਦੇ ਵਿੱਚ ਜ਼ਿਆਦਾ ਬਾਗੀ ਹੁੰਦੇ ਨੇ। BJP ਔਰ ਅਕਾਲੀ ਦਲ ਦੋਵਾਂ ਦੀ ਕੋਸ਼ਿਸ਼ ਹੋਣੀ ਹੈ ਕਿ ਅਸੀਂ ਨਾਰਾਜ਼ ਲੀਡਰਾਂ ਨੂੰ ਆਪਣੇ 'ਚ ਸ਼ਾਮਲ ਕਰਾਈਏ। ਉਂਝ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੋਨੀ ਮਾਨ ਦਾ ਨਾਮ ਹੈ ਜਿਹੜਾ ਕਾਫੀ ਅੱਗੇ ਚੱਲ ਰਿਹਾ। ਕਈ ਸੀਟਾਂ ਨੇ ਲੁਧਿਆਣਾ ਦੇ ਵਿੱਚ ਵੀ ਹਜੇ ਸ਼੍ਰੋਮਣੀ ਅਕਾਲੀ ਦਲ ਨੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਾ ਹੈ। ਫਤਿਹਗੜ੍ਹ ਸਾਹਿਬ ਦੇ ਵਿੱਚ ਵੀ ਉਹਨਾਂ ਨੇ ਹਜੇ ਆਪਣੇ ਉਮੀਦਵਾਰ ਦੇ ਨਾਂ ਦਾ ਐਲਾਨ ਕਰਨਾ ਹੈ। ਖਡੂਰ ਸਾਹਿਬ ਤੋਂ ਹਜੇ ਉਮੀਦਵਾਰ ਦੇ ਨਾਮ ਦਾ ਐਲਾਨ ਕਰਨਾ, ਬਠਿੰਡੇ ਤੋਂ ਐਲਾਨ ਕਰਨਾ, ਸੰਗਰੂਰ ਦੇ ਵਿੱਚ ਧੀਂਦ ਸਾਹਿਬ ਪਰਿਵਾਰ ਦੀ ਨਾਰਾਜ਼ਗੀ, ਉਹ ਵੱਖਰੀ ਚੁਣੌਤੀ ਹੈ। ਸੋ ਅੱਜ ਦਾ ਦਿਨ ਪੋਲੀਟੀਕਲ ਐਕਟੀਵਿਟੀ ਦੇ ਤੌਰ ਦੇ ਉੱਤੇ ਕਾਫੀ ਵੱਡਾ ਦਿਨ ਮੰਨਿਆ ਜਾ ਸਕਦਾ। ਡੱਲਾ ਜੀ, ਕੱਲ੍ਹ ਸੁਨੀਤਾ ਕੇਜਰੀਵਾਲ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇਲ੍ਹ ਦੇ ਅੰਦਰ ਅਰਵਿੰਦ ਕੇਜਰੀਵਾਲ ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਹੈ। ਇਹ ਗੱਲ ਉਹਨਾਂ ਨੇ, ਇਹ ਬਿਆਨ ਉਹਨਾਂ ਨੇ ਦਿੱਤਾ ਗੁਜਰਾਤ ਦੇ ਵਿੱਚ ਜਦੋਂ ਇੱਕ ਰੈਲੀ ਵਿੱਚ ਸਨ ਅਤੇ ਉਹਨਾਂ ਦੇ ਨਾਲ ਭਗਵੰਤ ਮਾਨ ਵੀ ਇਸ ਰੈਲੀ ਵਿੱਚ ਮੌਜੂਦ ਸਨ। ਸੋ ਸੁਨੀਤਾ ਕੇਜਰੀਵਾਲ ਦਾ ਜਿਹੜਾ ਇਹ ਬਿਆਨ ਹੈ, ਇਸਨੂੰ ਇਸਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸੋ ਪੂਰੇ ਮਾਮਲੇ ਦੇ ਉੱਪਰ ਤੁਹਾਡਾ ਅਨਾਲਿਸਿਸ ਕੀ ਕਹਿੰਦਾ? ਜ਼ਰੂਰ ਇਸ ਪੂਰੇ ਮਾਮਲੇ 'ਤੇ ਪੂਰੀ ਜਾਣਕਾਰੀ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਿਓ। ਦੇਖੋ, ਭਗਵੰਤ ਮਾਨ ਇਹਨਾਂ ਦਿਨਾਂ ਦੇ ਵਿੱਚ ਗੁਜਰਾਤ ਦੇ ਵਿੱਚ ਨੇ, ਹਾਲਾਂਕਿ ਅੱਜ ਕੱਲ੍ਹ ਦੇ ਵਿੱਚ ਉਹਨਾਂ ਦੀ ਵਾਪਸੀ ਹੈ, ਪਰ ਕੱਲ੍ਹ ਉਹ ਗੁਜਰਾਤ ਸੀ। ਸੁਨੀਤਾ ਕੇਜਰੀਵਾਲ ਵੀ ਗੁਜਰਾਤ ਸਨ, ਜੋ ਅਰਵਿੰਦ ਕੇਜਰੀਵਾਲ ਦੇ ਪਤਨੀ ਨੇ।
ਔਰ ਉਹਨਾਂ ਨੇ ਇੱਕ ਰੈਲੀ ਨੂੰ ਸੰਬੋਧਨ ਕੀਤਾ, ਭਗਵੰਤ ਮਾਨ ਨੇ ਵੀ ਸੰਬੋਧਨ ਕੀਤਾ। ਭਗਵੰਤ ਮਾਨ ਖੁੱਲ੍ਹ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨੇ ਵਹਿੰਦੇ ਨੇ ਔਰ ਉਹ ਸ਼ਰੇਆਮ ਕਹਿੰਦੇ ਨੇ ਕਿ ਅਰਵਿੰਦ ਕੇਜਰੀਵਾਲ ਤੋਂ ਡਰਦੀ ਹੈ ਬੀਜੇਪੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਇਸ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਔਰ ਸੁਨੀਤਾ ਕੇਜਰੀਵਾਲ ਨੇ ਕੱਲ੍ਹ ਕਿਹਾ ਕਿ ਕਿਤੇ ਨਾ ਕਿਤੇ ਅਰਵਿੰਦ ਕੇਜਰੀਵਾਲ ਨੂੰ ਜਾਨ ਤੋਂ ਮਾਰਨ ਦਾ ਖਤਰਾ, ਸਾਜਿਸ਼ ਹੋ ਰਹੀ ਹੈ, ਕਿਉਂਕਿ ਉਹ ਲਗਾਤਾਰ ਪਿਛਲੇ 12 ਦਿਨਾਂ ਤੋਂ ਉਹਨਾਂ ਨੂੰ ਇਨਸੁਲਿਨ ਨਹੀਂ ਦਿੱਤੀ ਗਈ। ਉਹਨਾਂ ਨੇ ਕਿਹਾ ਸ਼ੂਗਰ ਦੇ ਮਰੀਜ਼, ਬਹੁਤ ਸਾਰੇ ਸ਼ੂਗਰ ਦੇ ਮਰੀਜ਼ ਨੇ ਜਿਨ੍ਹਾਂ ਨੂੰ ਇਨਸੁਲਿਨ ਲੈਣੀ ਪੈਂਦੀ ਹੈ। ਔਰ ਉਹਨਾਂ ਨੇ, ਸੁਨੀਤਾ ਕੇਜਰੀਵਾਲ ਨੇ ਕੱਲ੍ਹ ਮੰਚ ਤੋਂ ਕਿਹਾ ਕਿ ਲਗਭਗ 50-50 ਮਿੰਟ ਅਰਵਿੰਦ ਕੇਜਰੀਵਾਲ ਇਨਸੁਲਿਨ ਲੈਂਦੇ ਨੇ, ਸੋ ਉਹਨਾਂ ਨੂੰ ਕਈ ਦਿਨਾਂ ਤੋਂ ਇਨਸੁਲਿਨ ਨਹੀਂ ਦਿੱਤੀ ਗਈ। ਤਿਹਾੜ ਜੇਲ੍ਹ ਅਥਾਰਟੀਜ਼ ਕਹਿ ਰਹੇ ਨੇ ਕਿ ਸਾਡੇ ਕੋਲ ਡਾਕਟਰ ਦਾ ਇੰਤਜ਼ਾਮ ਹੈ, ਪਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਤਿਹਾੜ ਜੇਲ੍ਹ ਕੋਲ ਸ਼ੂਗਰ ਨਾਲ ਸੰਬੰਧਿਤ ਸਪੈਸ਼ਲਿਸਟ ਨਹੀਂ ਹੈ। ਔਰ ਇਹਦੀ ਚਿੱਠੀ ਵੀ ਹਾਲ ਦੇ ਦਿਨਾਂ ਵਿੱਚ ਉਹਨਾਂ ਨੇ ਇੱਕ ਹਸਪਤਾਲ 'ਚ ਲਿਖੀ। ਸੋ ਵਿਵਾਦ ਅਰਵਿੰਦ ਕੇਜਰੀਵਾਲ ਦੀ ਸਿਹਤ ਅਤੇ ਡਾਇਟ ਨੂੰ ਲੈ ਕੇ ਹੈ। ਕਿਤੇ ਕੋਈ ਕਹਿ ਰਿਹਾ ਕਿ ਉਹ ਉਹਨਾਂ ਨੂੰ ਅੰਬ ਭੇਜਿਆ ਜਾ ਰਿਹਾ ਖਾਣੇ ਦੇ ਵਿੱਚ, ਕਿਉਂਕਿ ਘਰੋਂ ਉਹਨਾਂ ਨੂੰ ਖਾਣਾ ਭੇਜਣਾ ਅਲਾਊਡ ਹੈ। ਔਰ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਜਾਣਬੁੱਝ ਕੇ ਅਰਵਿੰਦ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਕਈ ਤਰ੍ਹਾਂ ਦੀਆਂ ਖਬਰਾਂ ਫੈਲਾਈਆਂ ਜਾ ਰਹੀਆਂ ਨੇ। ਸੋ ਇੱਕ ਪੋਲੀਟੀਕਲ ਕੜਮਸ ਦਾ ਮਾਹੌਲ ਹੈ ਇਸ ਵਕਤ ਮੁਲਕ 'ਚ, ਚੋਣ ਪ੍ਰਚਾਰ ਹੈ ਅਤੇ ਕਈ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ। ਪਰ ਇਸੇ ਦਰਮਿਆਨ ਕੱਲ੍ਹ ਭਗਵੰਤ ਮਾਨ ਹੁਣਾਂ ਦਾ ਇੱਕ ਇੰਟਰਵਿਊ ਪੰਜਾਬ ਦੇ ਇੱਕ ਮੰਨੇ ਪ੍ਰਮੰਨੇ ਪੰਜਾਬੀ ਅਖਬਾਰ ਦੇ ਵਿੱਚ ਨਸ਼ਰ ਹੋਇਆ। ਉਸ ਇੰਟਰਵਿਊ ਦੇ ਵਿੱਚ ਛਪਿਆ, ਉਸ ਇੰਟਰਵਿਊ ਦੇ ਵਿੱਚ ਭਗਵੰਤ ਮਾਨ ਉਹਨਾਂ ਨੇ ਇੱਕ ਨਵੀਂ ਗੱਲ ਕੀਤੀ। ਉਹਨਾਂ ਨੇ ਪੰਜਾਬ 'ਚ ਇਹ ਗੱਲ ਨਕਾਰ ਦਿੱਤੀ ਕਿ ਪੰਜਾਬ 'ਚ ਉਹਨਾਂ ਦਾ ਕਾਂਗਰਸ ਜਾਂ ਬੀਜੇਪੀ ਜਾਂ ਅਕਾਲੀ ਦਲ ਨਾਲ ਦੋ ਮੂਹਾ ਜਾਂ ਤਿਕੋਣਾ ਮੁਕਾਬਲਾ ਹੈ। ਸੋ ਭਗਵੰਤ ਮਾਨ ਕਹਿੰਦੇ ਕਿ ਜਿਹੜੀ ਸਾਡੀ ਸਰਕਾਰ ਦੀ ਗਵਰਨੈਂਸ ਹੈ, ਇਹਨੂੰ ਦੇਖ ਕੇ ਲੋਕ ਤੈਅ ਕਰਨਗੇ। ਅਸਲ 'ਚ ਭਗਵੰਤ ਮਾਨ ਦਾ ਇਹ ਦਾਅਵਾ ਹੈ ਕਿ ਅਸੀਂ ਖੇਤਾਂ ਤੱਕ ਪਾਣੀ ਪਹੁੰਚਾਤਾ, ਦਿਨ ਦੇ ਸਮੇਂ ਖੇਤਾਂ 'ਚ ਬਿਜਲੀ ਦਿੱਤੀ, 90% ਲੋਕਾਂ ਨੂੰ ਮੁਫਤ ਬਿਜਲੀ ਦਿੱਤੀ, 42,000 ਤੋਂ ਵੱਧ ਸਰਕਾਰੀ ਨੌਕਰੀਆਂ ਦਿੱਤੀਆਂ, ਆਟਾ ਪਹੁੰਚਾਉਣ ਦੀ ਯੋਜਨਾ ਸ਼ੁਰੂ ਹੋਈ ਹੈ ਘਰ ਤੱਕ, ਔਰ ਸਿਹਤ ਸਹੂਲਤਾਂ ਦੇ ਮਾਮਲੇ 'ਤੇ ਮੁਹੱਲਾ ਕਲੀਨਿਕਾਂ ਦੇ ਵਿੱਚ ਲੋਕਾਂ ਨੂੰ ਸਹੂਲਤ ਮਿਲ ਰਹੀ ਹੈ। ਇਹ ਸਾਰੇ ਦਾਅਵੇ ਨੇ ਜਿਹੜੇ ਭਗਵੰਤ ਮਾਨ ਹੋਣੀ ਕਹਿੰਦੇ ਨੇ ਕਿ ਇਹਨਾਂ ਦਾਅਵਿਆਂ ਤੋਂ ਬਾਅਦ ਦੋ ਮੂਹਾ ਜਾਂ ਤਿਕੋਣਾ ਮੁਕਾਬਲੇ ਦੀ ਗੱਲ ਹੀ ਨਹੀਂ ਹੈ। ਲੋਕ ਇਹ ਦੇਖਣਗੇ ਕਿ ਅਸੀਂ 2 ਸਾਲਾਂ ਦੇ ਵਿੱਚ ਕੀ ਕੁਝ ਕੀਤਾ, ਔਰ ਜੇ ਲੋਕ ਸੰਤੁਸ਼ਟ ਹੋਣਗੇ ਤਾਂ ਜ਼ਰੂਰ ਸਾਨੂੰ ਵੋਟ ਪਾ ਦੇਣਗੇ। ਸੋ ਆਪਣੇ ਤਰਕ ਨੇ ਇੱਕ ਤਰੀਕੇ ਨਾਲ ਭਗਵੰਤ ਮਾਨ ਉਹਨਾਂ ਦੇ। ਉਹ ਪਹਿਲਾਂ ਵੀ ਕਹਿੰਦੇ ਸੀ ਕਿ ਜੇ ਅਸੀਂ ਕੰਮ ਨਹੀਂ ਕੀਤਾ ਹੋਊਗਾ ਤਾਂ ਸਾਨੂੰ ਵੋਟ ਨਾ ਪਾਈਓ, ਜੇ ਕੰਮ ਕੀਤਾ ਹੋਊਗਾ ਤਾਂ ਸਾਨੂੰ ਵੋਟਾਂ ਪਾਈਓ। ਸੋ ਇਸ ਤਰੀਕੇ ਦੀ ਰਣਨੀਤੀ 'ਤੇ ਭਗਵੰਤ ਮਾਨ ਵੀ ਅੱਗੇ ਵੱਧ ਰਹੇ ਨੇ। ਸੋ ਬੜੀ ਦਿਲਚਸਪ ਸਿਆਸਤ ਪੰਜਾਬ ਦੀ ਬਣਦੀ ਜਾ ਰਹੀ ਹੈ। ਔਰ ਕੱਲ੍ਹ ਜਦੋਂ ਅਰਵਿੰਦ ਕੇਜਰੀਵਾਲ ਦੇ ਨਾਂ 'ਤੇ ਭਗਵੰਤ ਮਾਨ ਪ੍ਰਧਾਨ ਮੰਤਰੀ ਨੂੰ ਨਿੰਦ ਰਹੇ ਸੀ, ਨਰਿੰਦਰ ਮੋਦੀ ਨੂੰ, ਅਤੇ ਰਾਜਸਥਾਨ ਦੇ ਵਿੱਚ ਇੱਕ ਜਗ੍ਹਾ ਰੈਲੀ ਹੋ ਰਹੀ ਸੀ ਜਿੱਥੇ ਨਰਿੰਦਰ ਮੋਦੀ ਸੰਬੋਧਨ ਕਰ ਰਹੇ ਸੀ, ਉਹਨਾਂ ਨੇ ਇੰਡੀਆ ਗੱਠਜੋੜ ਦੇ ਹਵਾਲੇ ਨਾਲ ਕਿਹਾ ਕਿ ਇਹ ਗੱਠਜੋੜ ਵਾਲੇ 25% ਦੇਸ਼ ਦੇ ਵਿੱਚ 25% ਸੀਟਾਂ 'ਤੇ ਇਹ ਆਪਸ 'ਚ ਲੜ ਰਹੇ ਨੇ, ਇੱਕ ਦੂਜੇ ਦੇ ਖਿਲਾਫ ਲੜ ਰਹੇ ਨੇ। ਔਰ ਇੱਕ ਤਰੀਕੇ ਨਾਲ ਉਹ ਇਹ ਕਹਿ ਰਹੇ ਸੀ ਕਿ ਇੰਡੀਆ ਗੱਠਜੋੜ ਹੈ, ਇਸ ਉਹਨਾਂ ਨੇ ਇੰਡੀਆ ਸ਼ਬਦ ਨਹੀਂ ਵਰਤਿਆ, ਉਹਨਾਂ ਨੇ ਗੱਠਜੋੜ ਸ਼ਬਦ ਵਰਤਿਆ ਕਿ ਗੱਠਜੋੜ ਦੇ ਲੋਕ ਆਪਸ ਦੇ ਵਿੱਚ ਹੀ ਲੜ ਰਹੇ ਨੇ ਅਤੇ ਇਹ ਦੇਸ਼ ਨੂੰ ਕੀ ਸੰਭਾਲਣਗੇ। ਹਾਲਾਂਕਿ ਉਹਨਾਂ ਨੇ ਕਾਂਗਰਸ 'ਤੇ ਟਿੱਪਣੀ ਕੀਤੀ ਕਿ ਕਿਸੇ ਵੇਲੇ ਕਾਂਗਰਸ ਪਾਰਟੀ ਮੁਲਕ 'ਚ 400 ਸੀਟਾਂ ਜਿੱਤ ਕੇ ਸੱਤਾ 'ਚ ਆਈ ਸੀ। ਸੋ ਜਿਹੜੀ ਕਾਂਗਰਸ 400 ਸੀਟਾਂ ਜਿੱਤ ਕੇ ਸੱਤਾ 'ਚ ਆਈ ਸੀ, ਅੱਜ ਉਹ ਕਾਂਗਰਸ 300 ਸੀਟਾਂ 'ਤੇ ਵੀ ਮੁਲਕ 'ਚ ਚੋਣਾਂ ਨਹੀਂ ਲੜ ਰਹੀ ਪਾਰਲੀਮੈਂਟ ਦੀ, ਕਿਉਂਕਿ ਉਹ ਗੱਠਜੋੜ ਦੇ ਵਿੱਚ ਕਾਂਗਰਸ ਪਾਰਟੀ ਆਈ ਹੈ। ਪਰ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਨੇ ਵੀ ਤਿੱਖੇ ਸਿਆਸੀ ਹਮਲੇ
ਗੱਠਜੋੜ ਦੇ ਬਹਾਨੇ ਸਾਰੀਆਂ ਪਾਰਟੀਆਂ ਦੇ ਉੱਤੇ ਕੀਤੇ। ਸੋ ਬੜੀ ਦਿਲਚਸਪ ਸਥਿਤੀ ਦੇ ਵਿੱਚ ਚੋਣ ਪ੍ਰਚਾਰ ਹੈ ਜਿਹੜਾ ਪੁੱਜਿਆ ਹੋਇਆ। ਉਂਝ ਭਗਵੰਤ ਮਾਨ ਇੱਕ ਦਿਨ ਬਾਅਦ ਫਿਰ ਵਾਪਸ ਪੰਜਾਬ ਮੁੜਨ ਵਾਲੇ ਨੇ ਔਰ ਉਸ ਤੋਂ ਬਾਅਦ ਪੰਜਾਬ 'ਚ ਫਿਰ ਉਹਨਾਂ ਦਾ ਗਹਿ ਗੱਚ ਚੋਣ ਪ੍ਰਚਾਰ ਹੈ ਜਿਹੜਾ ਰੈਲੀਆਂ ਔਰ ਰੋਡ ਸ਼ੋਅ ਸ਼ੁਰੂ ਹੋਣ ਵਾਲੇ ਨੇ। ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕਰਨ ਦੇ ਲਈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਅਤੇ ਆਪਣੇ ਕੀਮਤੀ ਸੁਝਾਅ ਸਾਂਝੇ ਕਰਨ ਦੇ ਲਈ। ਅਤੇ ਇਸ ਦੇ ਨਾਲ ਹੀ ਹੁਣ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।